ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪ੍ਰੀਤਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਇ ਸ਼੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨੌਨ ਦਿਆ ਵੈ ਤਾਏ ਸਭ ਥਾਈ ਹੋਏ ਸਹਾ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਭ ਥਾਈ ਹੋਏ ਸਹਾ ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਠ ਸਿਮਰੋ ਸ੍ਰੀ ਹਰ ਰਾਇ 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 ਸਿਮਰੋ ਸ੍ਰੀ ਹਰ ਰਾਇ
श्री हरे राय सिमरो 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 श्री हरे राय हर जन हर गोविंद नो हर जन हर गोविंद नो हर जन हर गोविंद हर गोविंद नो अर्जुन 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 हर गोविंद नो सिमरो श्री हर राय सिमरो श्री हर राय ਸਤਿਗੁਰਾਂ ਦੇ ਸੱਜੀ ਨਿਵਾਜੀ ਸਤਿਗੁਰਾਂ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਦਿੱਤੀ ਹੋਈ ਬਖਸ਼ਿਸ਼ ਦੁਹਰਾਓ ਗੱਜ ਕੇ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਔਰ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਬਹੁਤ ਪਿਆਰ ਔਰ ਸਤਿਕਾਰ ਸਾਹਿਤ ਜੋ ਕਿ ਸਾਲਾਨਾ ਗੁਰਮਤਿ ਸਮਾਗਮ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਅੰਦਰ ਔਰ ਧੰਨ ਧੰਨ ਬਾਬਾ ਸ੍ਰੀ ਚੰਦ ਮਹਾਰਾਜ ਜੀ ਦੀ ਯਾਦ ਅੰਦਰ ਮਨਾਇਆ ਜਾਂਦਾ ਹੈ ਸਮੂਹ ਸੰਗਤ ਦੂਰ ਦਰੇਡੇ ਤੋਂ ਚੱਲ ਕੇ ਇਲਾਕੇ ਦੀਆਂ ਸੰਗਤਾਂ ਨਗਰ ਨਿਵਾਸੀ ਸੰਗਤਾਂ ਸਾਰੇ ਰਲ ਮਿਲ ਕੇ ਜੋ ਸਤਿਗੁਰਾਂ ਦਾ ਗੁਰਮੁਖੋ ਆਸਰਾ ਲੈ ਰਹੇ ਹੋ ਬੜੇ ਪਿਆਰ ਸਤਿਕਾਰ ਸਹਿਤ ਗੁਰੂ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਗੋਦ ਵਿੱਚ ਸੁਭਾਈਮਾਨ ਹੋਣ ਦੀ ਕਿਰਪਾਲਤਾ ਕਰੋ ਆਓ ਸੀਮਤ ਸਮੇਂ ਦੇ ਅੰਦਰ ਸੀਮਤ ਬੇਨਤੀਆਂ ਕਰਕੇ ਸਤਿਗੁਰਾਂ ਦੇ ਜੀਵਨ ਬਾਰੇ ਔਰ ਸਤਿਗੁਰਾਂ ਦੇ ਇਤਿਹਾਸ ਬਾਰੇ ਜੋ ਗੁਰਮੁਖੋ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਧੰਨ ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਬਾਅਦ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸੱਤਵੇਂ ਮਾਲਕ ਬਣੇ ਤੇ ਗੁਰਮੁਖੋ ਸੱਚੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਧੰਨ ਧੰਨ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਦੇ ਘਰ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਨਮ ਲਿਆ ਔਰ ਬਚਪਨ ਤੋਂ ਹੀ ਗੁਰਮੁਖੋ ਸੇਵਾ ਸਿਮਰਨ ਔਰ ਨਿਮਰਤਾ ਵਾਲਾ ਜੀਵਨ ਹਰ ਵੇਲੇ ਨਾਮ ਔਰ ਸੇਵਾ ਦੇ ਵਿੱਚ ਧਿਆਨ ਕੋਮਲ ਹਿਰਦਾ ਹਰ ਕਿਸੇ ਤੇ ਦਇਆ ਕਰਨ ਵਾਲਾ ਉਹ ਸੱਚੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ
ਜਿਨ੍ਹਾਂ ਦਾ ਜਸ ਪੂਰੀ ਦੁਨੀਆ ਗਾਉਂਦੀ ਹੈ ਤੇ ਗੁਰਮੁਖੋ ਨਗਰ ਦੇ ਵੱਡੇ ਭਾਗ ਨੇ, ਇਲਾਕੇ ਦੀਆਂ ਸੰਗਤਾਂ ਦੇ ਵੱਡੇ ਭਾਗ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣੇ ਪਾਵਨ ਔਰ ਪਵਿੱਤਰ ਚਰਨ ਗੁਰਮੁਖੋ ਇਸ ਨਗਰ ਰਾਏਪੁਰ ਰਸੂਲਪੁਰ ਦੇ ਵਿੱਚ ਪਾਏ ਤੇ ਗੁਰਮੁਖੋ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਇਕੱਲੇ ਨਹੀਂ 2200 ਘੋੜ ਸਵਾਰ ਸਤਿਗੁਰਾਂ ਦੇ ਸੰਗ ਕਰਤਾਰਪੁਰ ਇਲਾਕੇ ਦੇ ਵਿੱਚ ਟਾਹਲੀ ਸਾਹਿਬ ਨਗਰ ਉੱਥੇ ਵੀ ਸਤਿਗੁਰਾਂ ਦੇ ਮੁਬਾਰਕ ਚਰਨ ਪਏ। ਦੁਆਬੇ ਦੀ ਕਿੰਨੀ ਵੱਡੀ ਧਰਤੀ ਹੈ ਤੇ ਕਿੰਨੀ ਜਗ੍ਹਾ ਸਤਿਗੁਰੂ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਨੇ ਭਾਗ ਲਾਏ ਨੇ। ਹੁਸ਼ਿਆਰਪੁਰ ਜਾਓਗੇ ਤੇ ਹਰੀਆਂ ਵੇਲਾ ਗੁਰਦੁਆਰਾ ਹਰੀਆਂ ਵੇਲਾ ਸਾਹਿਬ ਉੱਥੇ ਸੱਚੇ ਪਾਤਸ਼ਾਹ ਜੀ ਨੇ ਧਰਤੀ ਨੂੰ ਭਾਗ ਲਾਏ ਔਰ ਗੁਰਮੁਖੋ ਫਿਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਰਹਿਮਤ ਕਰਦੇ ਨੇ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ। ਔਰ ਗੁਰਮੁਖੋ ਗੁਰੂ ਮਹਾਰਾਜ ਜੀ ਜਿੱਥੇ ਜਾਂਦੇ ਨੇ ਫਿਰ ਉੱਥੇ ਸਾਰੇ ਪਿਆਰ ਨਾਲ ਪੜਿਓ। ਸੰਗਤਾਂ ਨੂੰ ਬੇਨਤੀ ਹੈ ਇਕਾਗਰਤਾ ਬਣਾਓ, ਸਰਬ ਸੰਗਤ ਗੁਰੂ ਮਹਾਰਾਜ ਨੂੰ ਮੱਥਾ ਟੇਕਦੇ ਹੋਏ ਪਾਵਨ ਔਰ ਪਵਿੱਤਰ ਗੋਦ ਦਾ ਆਨੰਦ ਮਾਣਨ ਲਈ ਸਤਿਗੁਰਾਂ ਦੇ ਸਤਸੰਗ ਜੀ ਇਸ ਪੰਡਾਲ ਵਿੱਚ ਸਤਿਗੁਰਾਂ ਦੇ ਦੁਆਰੇ ਤੇ ਸੱਜਣ ਦੀ ਕਿਰਪਾਲਤਾ ਕਰੋ, ਬਿਲਕੁਲ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰੋ ਜੀ। ਧੰਨ ਗੁਰੂ ਹਰਰਾਏ ਸਾਹਿਬ ਮਹਾਰਾਜ। ਗੁਰਮੁਖੋ ਸਾਰੇ ਰਸਨਾਂ ਨੂੰ ਪਵਿੱਤਰ ਕਰਨਾ ਹੈ, ਆਰੰਭਤਾ ਵਿੱਚ ਪੜਿਆ ਦੁਬਾਰਾ ਫਿਰ ਪੜਿਓ ਜੀ। ਸਿਮਰੋ ਸ੍ਰੀ ਹਰ ਰਾਏ, 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 ਇਤਿਹਾਸ ਸਤਿਗੁਰਾਂ ਦਾ ਸਰਵਣ ਕਰਨ ਦਾ ਯਤਨ ਕਰਨਾ ਹੈ ਕਿਉਂਕਿ ਸੀਮਤ ਸਮੇਂ ਦੇ ਵਿੱਚ ਸਾਰੀ ਸਮਾਪਤੀ ਕਰਨੀ ਹੈ। ਗੁਰਮੁਖੋ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ
ਮੈਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਜਿਹੜਾ ਰਾਏਪੁਰ ਨਗਰ ਦਾ ਇਤਿਹਾਸ ਹੈ ਇਹ ਸਾਨੂੰ ਗ੍ਰੰਥਾਂ ਦੇ ਵਿੱਚ ਇਤਿਹਾਸਿਕ ਲਿਖਤਾਂ ਦੇ ਵਿੱਚ ਸਾਨੂੰ ਲਿਖਿਆ ਨਹੀਂ ਮਿਲਦਾ ਤੇ ਗੁਰਮੁਖੋ ਇਸ ਕਰਕੇ ਜੋ ਸਤਿਗੁਰ ਦੀਆਂ ਇਸ ਨਗਰ ਦੇ ਵਿੱਚ ਨਿਸ਼ਾਨੀਆਂ ਨੇ ਜੋ ਸਤਿਗੁਰਾਂ ਨੇ ਜਦੋਂ ਚਰਨ ਪਾਏ ਔਰ ਨਿਸ਼ਾਨੀਆਂ ਛੱਡ ਗਏ ਗੁਰਮੁਖੋ ਉਸੇ ਦੇ ਆਧਾਰ ਤੇ ਆਪ ਸਰਬ ਸੰਗਤ ਦੇ ਵਿੱਚ ਇਹ ਇਤਿਹਾਸ ਸਰਵਣ ਕਰਵਾਉਣ ਦਾ ਯਤਨ ਕਰ ਰਹੇ ਹਾਂ ਸੱਚੇ ਪਾਤਸ਼ਾਹ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਗੁਰਮੁਖੋ ਜਦੋਂ ਕੀਰਤਪੁਰ ਸਾਹਿਬ ਤੋਂ ਆਏ ਸੱਚੇ ਪਾਤਸ਼ਾਹ ਨੇ ਲਾਹੌਰ ਜਾਣਾ ਸੀ ਔਰ ਗੁਰਮੁਖੋ ਕਰਤਾਰਪੁਰ ਨਗਰ ਦੇ ਲਾਗੇ ਨਗਰ ਟਾਹਲੀ ਸਾਹਿਬ ਜਿੱਥੇ ਸੱਚੇ ਪਾਤਸ਼ਾਹ ਨੇ ਪੜਾ ਕੀਤਾ ਔਰ ਜਿੱਥੇ ਸੱਚੇ ਪਾਤਸ਼ਾਹ ਜੀ ਦੇ ਘੋੜੇ ਨੂੰ ਬੰਨਿਆ ਗਿਆ ਜਿਹੜਾ ਕੀਲਾ ਕੱਢਿਆ ਗਿਆ ਉਸ ਕੀਲੇ ਤੋਂ ਹਰੀ ਭਰੀ ਟਾਹਲੀ ਪ੍ਰਫੁੱਲਤ ਹੋਈ ਤੇ ਗੁਰਮੁਖੋ ਉਹ ਟਾਹਲੀ ਦਾ ਦਰਖਤ ਹੁਣ ਭਾਵੇਂ ਹਰਾ ਨਹੀਂ ਪਰ ਗੁਰੂ ਘਰ ਦੇ ਵਿੱਚ ਟਾਹਲੀ ਸਾਹਿਬ ਨਗਰ ਦੇ ਵਿੱਚ ਉਹ ਟਾਹਲੀ ਦਾ ਦਰਖਤ ਸ਼ੀਸ਼ੇ ਦੇ ਵਿੱਚ ਮੜਿਆ ਹੋਇਆ ਤੁਸੀਂ ਦਰਸ਼ਨ ਕਰ ਸਕਦੇ ਉਧਰ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਟਾਹਲੀ ਸਾਹਿਬ ਨਗਰ ਵਿੱਚ ਆਏ ਇੱਧਰ ਗੁਰਮੁਖੋ ਸਾਡੇ ਲਾਗੇ ਨਗਰ ਆਪਾਂ ਇਕੱਠਾ ਵੀ ਬੋਲਦੇ ਹਾਂ ਰਾਏਪੁਰ ਬੱਲਾਂ ਬੱਲਾਂ ਨਗਰ ਦੇ ਵਸਨੀਕ ਸਨ ਜਿਨ੍ਹਾਂ ਦੇ ਵਿੱਚੋਂ ਕੁਝ ਪਰਿਵਾਰ ਇਸ ਨਗਰ ਵਿੱਚ ਆਏ ਇਸ ਧਰਤੀ ਤੇ ਆਏ ਤੇ ਗੁਰਮੁਖੋ ਇਸ ਨਗਰ ਵਿੱਚ ਆ ਕੇ ਜੋ ਵੀਰਾਨ ਪਈ ਧਰਤੀ ਹੈ ਗੁਰਮੁਖੋ ਆਪਣਾ ਘਰ ਵਸਾਇਆ ਤੇ ਕਹਿੰਦੇ ਜਿਹੜੀ ਬੀਬੀ ਸੀ ਉਹਨਾਂ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਨਾਲ ਉਹਦਾ ਰਹਿਣ ਸਹਿਣ ਬਹੁਤ ਸਾਦਾ ਸੀ ਸਿੱਧੇ ਢੰਗ ਦਾ ਸੀ ਕੇਸ ਖਿਲਰੇ ਰਹਿਣੇ ਤੇ ਗੁਰਮੁਖੋ ਇਸੇ ਕਰਕੇ ਇਸ ਜਗ੍ਹਾ ਦਾ ਨਾਮ ਇਸ ਅਸਥਾਨ ਦਾ ਨਾਮ ਇਸ ਨਗਰ ਦਾ ਨਾਮ ਸਰਖੁੱਥੀ ਪੈ ਗਿਆ ਸਤਨਾਮ ਸਰਖੁੱਥੀ ਤੇ ਗੁਰਮੁਖੋ ਮੈਂ ਕੱਲ ਰਾਤ ਦੇ ਦੀਵਾਨਾਂ ਚ ਵੀ ਬੇਨਤੀ ਕੀਤੀ ਆ ਅੱਜ ਰਿਕਾਰਡਿੰਗ ਹੋ ਰਹੀ ਹੈ ਇਸ ਕਰਕੇ ਦੁਬਾਰਾ ਬੇਨਤੀ ਕਰ ਰਹੇ ਹਾਂ ਜੋ ਅਸਲੀ ਬੱਲਾਂ ਦੇ ਵਸਨੀਕ ਨੇ ਬੱਲ ਗੋਤ ਦੇ ਜਿਹੜੇ ਲੋਕ ਨੇ ਗੁਰਮੁਖੋ ਜਦੋਂ ਧੋਗੜੀ ਨਗਰ ਦੇ ਪਠਾਨਾਂ ਨੇ ਜ਼ਬਰਦਸਤੀ ਬੱਲਾਂ ਦੇ ਨਗਰ ਦੀ ਧੀ ਸੀ ਜ਼ਬਰਦਸਤੀ ਉਹਦੇ ਨਾਲ ਆਪਣੇ ਪੁੱਤਰ ਦੀ ਸ਼ਾਦੀ ਕਰਨੀ ਚਾਹੀ ਨਿਕਾਹ ਕਰਨਾ ਚਾਹਿਆ ਤੇ ਗੁਰਮੁਖੋ ਕਿਉਂਕਿ ਰਾਜ ਮੁਗਲਾਂ ਦਾ ਸੀ ਰਾਜ ਮੁਸਲਮਾਨਾਂ ਦਾ ਸੀ ਵੇਖਿਆ ਕਿ ਜੇ ਇਸ ਧੀ ਨੂੰ ਮੇਰੇ ਨਾਲ ਵਿਆਹ ਦਿਓਗੇ ਮੇਰੇ ਪੁੱਤਰ ਨਾਲ ਨਵਾਬ ਕਹਿੰਦਾ ਤੇ ਠੀਕ ਹੈ ਨਹੀਂ ਤੇ ਫਿਰ ਜ਼ਬਰਦਸਤੀ ਵੀ ਕਰਨੀ ਆਏਗੀ ਆਖੋ ਸਤਨਾਮ ਜ਼ਬਰਦਸਤੀ ਵੀ ਕਰਾਂਗੇ ਬਰਾਤ ਸੱਦ ਲਈ ਗਈ ਬਰਾਤ ਸੱਦ ਲਈ ਗਈ ਗੁਰਮੁਖੋ ਉਹਨਾਂ ਦੇ ਰਹਿਣ ਵਾਸਤੇ ਇੰਤਜ਼ਾਮ ਕੀਤਾ ਗਿਆ ਬੱਲਾ ਨਗਰ ਬਾੜ ਕਰ ਦਿੱਤੀ ਗਈ ਬਰਾਤ ਦੇ ਠਹਿਰਾ ਵਾਸਤੇ ਰਾਤ ਕੱਟਣ ਵਾਸਤੇ ਵਾੜ ਕਰਕੇ ਥੱਲੇ ਗੁਰਮੁਖੋ ਉਸ ਸਮੇਂ ਜੋ ਵੀ ਪ੍ਰਾਲੀ ਜੋ ਵੀ ਸਾਧ ਸੰਗਤ ਜੀ ਉਸ ਸਮੇਂ ਦਾ ਢੰਗ ਹੋਏਗਾ ਵਿਛਾਈ ਕਰ ਦਿੱਤੀ ਗਈ ਤੇ ਪਠਾਣਾ ਮੁਗਲਾਂ ਦੀ ਬਾਰਾਤ ਜਦੋਂ ਰਾਤ ਰੁਕਣੀ ਸੀ ਨਾ ਆਪਣੀ ਇੱਜ਼ਤ ਪਿਆਰੀ ਜਾਣ ਕੇ ਉਹ ਬੱਲਾ ਨਗਰ ਦੇ ਲੋਕਾਂ ਨੇ ਸਲਾਹ ਕੀਤੀ ਕਿ ਇਹ ਸਾਰੀ ਦੀ ਸਾਰੀ ਬਰਾਤ ਜੋ ਨਸ਼ੇ ਵਿੱਚ ਧੁੱਤ ਹੈ ਜੋ ਸ਼ਰਾਬੀ ਹੋਏ ਨੇ ਸੁਰਤ ਕੋਈ ਨੀ ਸੁੱਤਿਆਂ ਪਿਆਂ ਦੇ ਉਸ ਵਾੜੇ ਨੂੰ ਅੱਗ ਲਾ ਦਿੱਤੀ ਆਖੋ ਸਤਨਾਮ ਸਾਰੇ ਹੀ ਵਾੜੇ ਚ ਪੈ ਸੜ ਗਿਆ ਸੁਆਹ ਹੋ ਗਏ ਤੇ ਫਿਰ ਬੱਲਾ ਨਗਰ ਦੇ ਜਿਹੜੇ ਵਸਨੀਕ ਸਨ ਇੱਥੋਂ ਗੁਰਮੁਖੋ ਉੱਠੇ ਉਹ ਨਕੋਦਰ ਦੇ ਲਾਗੇ ਜਾ ਕੇ ਨਗਰ ਵਸਾਇਆ ਨਵੀਆਂ ਬੱਲਾਂ ਪੁਰਾਣੀਆਂ ਬੱਲਾਂ ਦੱਖਣੀ ਬੱਲ ਵੀ ਕਿਹਾ ਜਾਂਦਾ ਹੈ ਇੱਥੇ ਫਿਰ ਹੋਠੀ ਗੋਤ ਦੇ ਲੋਕ ਆ ਕੇ ਠਹਿਰਾ ਕੀਤਾ ਤੇ ਗੁਰਮੁਖੋ ਉਸੇ ਨਗਰ ਬੱਲਾਂ ਦੇ ਵਿੱਚੋਂ ਰਾਏਪੁਰ ਦੇ ਵਿੱਚ ਆ ਕੇ ਉਹ ਬੀਬੀ ਦਾ ਪਰਿਵਾਰ ਰਹਿੰਦਾ ਹੈ ਤੇ ਗੁਰਮੁਖੋ ਜਿਹੜੀ ਸਿੱਧਰਾ ਜੀਵਨ ਸੀ ਜਿਹੜਾ ਸਾਦੇ ਢੰਗ ਦਾ ਜੀਵਨ ਇਸ ਨਗਰ ਦਾ ਨਾਮ ਸਰਖੁੱਥੀ ਰੱਖਿਆ ਗਿਆ ਉਸ ਬੀਬੀ ਦਾ ਕਰਕੇ ਜਿਵੇਂ ਸੀਨੇ ਬਸੀਨੇ ਅਸੀਂ ਇਤਿਹਾਸ ਸੁਣਦੇ ਆਉਂਦੇ
ਉਵੇਂ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ। ਤੇ ਗੁਰਮੁਖੋ ਜਦੋਂ ਸੱਚੇ ਪਾਤਸ਼ਾਹ ਟਾਹਲੀ ਸਾਹਿਬ ਰੁਕੇ ਪੜਾ ਕੀਤਾ, ਸਿਆਣੇ ਬਜ਼ੁਰਗਾਂ ਨੇ, ਸਿਆਣੇ ਸੰਗਤ ਦੇ ਸਰੀਰਾਂ ਨੇ ਇਹ ਰਾਏ ਕੀਤੀ, ਸਲਾਹ ਕੀਤੀ ਕਿ ਸਤਿਗੁਰਾਂ ਨੂੰ ਜਾ ਕੇ ਸਬੱਬ ਨਾਲ ਮਹਾਰਾਜ ਦੁਆਬੇ ਦੀ ਧਰਤੀ ਤੇ ਆਏ ਆ, ਚੱਲ ਕੇ ਬੇਨਤੀ ਕਰੀਏ ਸਾਡੇ ਨਗਰ ਦੀ ਨੀਂਹ ਰੱਖੋ, ਆਖੋ ਸਤਨਾਮ ਵਾਹਿਗੁਰੂ, ਭਾਗ ਲਾ ਦਿਓ। ਤੇ ਗੁਰਮੁਖੋ ਜਦੋਂ ਗਏ ਸਿਆਣੇ ਸਰੀਰ ਜਾ ਕੇ ਟਾਹਲੀ ਸਾਹਿਬ ਬੈਠੇ ਮਹਾਰਾਜ ਆਪਣੇ ਤਖ਼ਤ ਤੇ, ਕੀਤੀ ਜਾ ਕੇ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਨਗਰ ਦੀ ਨੀਂਹ ਰੱਖੋ, ਚਰਨ ਪਾ ਦਿਓ, ਪਵਿੱਤਰ ਕਰ ਦਿਓ। ਤੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਨੂੰ ਮੰਨਦਿਆਂ, ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਅਰਜ਼ ਨੂੰ ਮੰਨਦਿਆਂ ਬਿਕਰਮੀ 1710 ਗੁਰਮੁਖੋ ਉਸ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਇਸ ਨਗਰ ਸਰਖੁੱਤੀ ਦੇ ਵਿੱਚ ਚਰਨ ਪਾਏ। ਆਖੋ ਸਤਨਾਮ ਵਾਹਿਗੁਰੂ। ਤੇ ਗੁਰਮੁਖੋ ਸਾਰੇ ਰਲ ਮਿਲ ਕੇ ਪੜਿਆ ਜੇ, ਜਦੋਂ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਇਸ ਨਗਰ ਵਿੱਚ ਆਏ, ਗੁਰੂ ਹਰਿ ਰਾਏ ਆਏ ਜੀ ਵਿੱਚ ਸਰਖੁੱਤੀ, ਵਿੱਚ ਸਰਖੁੱਤੀ, ਹਰਿ ਰਾਏ ਆਏ ਜੀ ਵਿੱਚ ਸਰਖੁੱਤੀ, ਵਿੱਚ ਸਰਖੁੱਤੀ, ਗੁਰੂ ਹਰਿ ਰਾਏ ਆਏ ਜੀ ਵਿੱਚ ਸਰਖੁੱਤੀ, ਵਿੱਚ ਸਰਖੁੱਤੀ, ਗੁਰੂ ਹਰਿ ਰਾਏ ਆਏ ਜੀ ਵਿੱਚ ਸਰਖੁੱਤੀ, ਵਿੱਚ ਸਰਖੁੱਤੀ, ਬਿਕਰਮੀ 1710 ਇਸ ਨਗਰ ਸਰਖੁੱਤੀ ਦੇ ਵਿੱਚ ਸਤਿਗੁਰਾਂ ਨੇ ਚਰਨ ਪਾਏ। ਇਕੱਲੇ ਨਹੀਂ, ਪਹਿਲਾਂ ਬੇਨਤੀ ਕੀਤੀ 2200 ਘੋੜ ਸਵਾਰ ਮਹਾਰਾਜ ਜੀ ਦੇ ਨਾਲ ਸੇਵਕ। ਤੇ ਗੁਰਮੁਖੋ ਕਿੰਨਾ ਸੁਹਾਵਾ ਸਮਾਂ ਹੋਣਾ ਹੈ ਤੇ ਕਿੰਨੇ ਉਹ ਵੱਡੇ ਭਾਗਾਂ ਵਾਲੇ ਲੋਕ ਸੰਗਤਾਂ ਹੋਣਗੀਆਂ ਜਿਨ੍ਹਾਂ ਨੇ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਦੇ ਚਰਨਾਂ ਉੱਪਰ ਮੱਥਾ ਟੇਕਿਆ। ਕਬੀਰ ਚਰਨ ਕਮਲ ਕੀ ਮੌਜਕੋ ਕਹੁ ਕੈਸੇ ਅਨੁਮਾਨ, ਕਹਿਬੈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਕਹਿਣ ਵਿੱਚੋਂ ਆਨੰਦ ਨਹੀਂ ਉਹ ਦਰਸ਼ਨਾਂ ਨੂੰ, ਗੁਰਮੁਖੋ ਜਿਹੜਾ ਆਨੰਦ ਮਨ ਨੂੰ ਉਹ ਦਰਸ਼ਨ ਦਿੰਦੇ ਨੇ ਉਹ ਤੇ ਸਤਿਗੁਰ ਦੀ ਸੇਵਾ ਕਰਕੇ ਹੀ ਦੇਖਿਆ ਜਾ ਸਕਦਾ। ਗੁਰਮੁਖੋ ਇਸ ਨਗਰ ਦੇ ਵਿੱਚ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਚਰਨ, 2200 ਘੋੜ ਸਵਾਰ ਮਹਾਰਾਜ ਜੀ ਦੇ ਸੇਵਕ, ਤੇ ਗੁਰਮੁਖੋ ਸਾਡੇ ਨਗਰ ਦੇ ਵਿੱਚ ਗੁਰਦੁਆਰਾ ਸ੍ਰੀ ਤਾਲਵਾਲਾ ਸਾਹਿਬ ਪਾਤਸ਼ਾਹੀ ਸੱਤਵੀਂ, ਜਿੱਥੇ ਅੱਜ ਵੀ ਉਹ ਬੇਰ ਸਹਿਬ ਹਰੀ ਭਰੀ ਭਰਪੂਰ ਹੈ,
ਜਿੱਥੇ ਸਤਿਗੁਰਾਂ ਦੇ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਦੇ ਘੋੜੇ ਦਾ ਕੀਲਾ ਗੱਡਿਆ ਗਿਆ ਤੇ ਉਹ ਬੇਰ ਸਾਹਿਬ ਗੁਰਮੁਖੋ ਜਦੋਂ ਉਹ ਕੀਲਾ ਗੱਡਿਆ ਸਤਿਗੁਰਾਂ ਦੇ ਘੋੜੇ ਵਾਸਤੇ ਤੇ ਅੱਜ ਉਸ ਕੀਲੇ ਤੋਂ ਸਤਿਗੁਰਾਂ ਦੇ ਘੋੜੇ ਦੇ ਕੀਲੇ ਤੋਂ ਹਰੀ ਭਰੀ ਬੇਰ ਸਾਹਿਬ ਪ੍ਰਫੁੱਲਤ ਹੈ ਤੁਸੀਂ ਦਰਸ਼ਨ ਦੀਦਾਰ ਕਰ ਸਕਦੇ ਹੋ ਉਹ ਅੱਜ ਵੀ ਹਰੀ ਭਰੀ ਹੈ ਵੇਖੋ ਗੁਰਮੁਖੋ ਸਤਿਗੁਰਾਂ ਨੇ ਐਸੀ ਕਿਰਪਾ ਦਾ ਮੇਘ ਵਰਸਾਇਆ ਇੱਕ ਲੱਕੜੀ ਨੂੰ ਆਪਣੀ ਪਵਿੱਤਰ ਦ੍ਰਿਸ਼ਟੀ ਦੇ ਨਾਲ ਤੱਕਿਆ ਤੇ ਅੱਜ ਤੱਕ ਉਹ ਉਸੇ ਆਨੰਦ ਵਿੱਚ ਹਰੀ ਭਰੀ ਹੈ ਆਖੋ ਸਤਨਾਮ ਵਾਹਿਗੁਰੂ ਸੁੱਕੀ ਲੱਕੜ ਹਰੀ ਕਰ ਦੇਣ ਕੋਈ ਪਖੰਡ ਨਹੀਂ ਜਾਂ ਕੋਈ ਵਿਖਾਵਾ ਨਹੀਂ ਹੈ ਤੁਸੀਂ ਅੱਜ ਵੀ ਦਰਸ਼ਨ ਕਰ ਸਕਦੇ ਹੋ ਗੁਰਦੁਆਰਾ ਤਾਲਵਾਲਾ ਸਾਹਿਬ ਜਿੱਥੇ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਦੀ ਯਾਦ ਅੰਦਰ ਗੁਰਮੁਖੋ ਸਲਾਨਾ ਨਗਰ ਕੀਰਤਨ ਸਾਹਿਬ ਮਹਾਰਾਜ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ 15-20 ਦਿਨ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੀਆਂ ਲੜੀਆਂ ਆਰੰਭ ਹੁੰਦੀਆਂ ਇੱਕ ਨਹੀਂ ਅਨੇਕਾਂ ਸੰਗਤਾਂ ਉੱਥੋਂ ਅੱਜ ਵੀ ਆਪਣੀਆਂ ਅਰਦਾਸਾਂ ਮੁਰਾਦਾਂ ਜਦੋਂ ਕਰਦੀਆਂ ਨੇ ਤੇ ਗੁਰੂ ਮਹਾਰਾਜ ਖਾਲੀ ਝੋਲੀ ਨਹੀਂ ਮੋੜਦੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਸਿਰ ਝੁਕਾ ਕੇ ਜੇ ਕੋਈ ਅੱਜ ਵੀ ਨਿਮਰਤਾ ਦੇ ਨਾਲ ਮੰਗ ਮੰਗਦਾ ਹੈ ਭਾਵੇਂ ਕੋਈ ਰੋਂਦਾ ਆਉਂਦਾ ਹੈ ਭਾਵੇਂ ਕੋਈ ਉਦਾਸ ਚਿਹਰਾ ਲੈ ਕੇ ਆਵੇ ਪਰ ਗੁਰੂ ਮਹਾਰਾਜ ਉਹਨੂੰ ਖਿੜੇ ਮੱਥੇ ਵਾਪਸ ਭੇਜਦੇ ਆਖੋ ਸਤਨਾਮ ਗੁਰਮੁਖੋ ਸੱਚੇ ਪਾਤਸ਼ਾਹ ਦਾ ਇਤਿਹਾਸ ਤੁਸੀਂ ਸਰਵਣ ਕਰਦੇ ਹੀ ਹੋ ਇੱਕ ਬਾਗ ਦਾ ਫੁੱਲ ਟੁੱਟਾ ਤੇ ਮਨ ਇੰਨਾ ਕੋਮਲ ਕਿ ਮਨ ਨੂੰ ਦਰਦ ਪਹੁੰਚਾ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੁਰਮੁਖੋ ਹਰਿ ਰਾਇ ਜੀ ਇਸ ਬਾਗ ਵਿੱਚ ਟਹਿਲਣਾ ਹੈ ਇਸ ਬਾਗ ਵਿੱਚ ਚੱਲਣਾ ਹੈ ਜਾਂ ਇਸ ਦੁਨੀਆਂ ਦੇ ਅੰਦਰ ਚੱਲਣਾ ਹੈ ਤੇ ਦਮਨ ਸੰਕੋਚ ਕੇ ਚੱਲਣਾ ਚਾਹੀਦਾ ਹੈ ਆਖੋ ਸਤਨਾਮ ਐਸਾ ਆਪਣੇ ਗੁਰੂ ਦਾ ਹੁਕਮ ਮੰਨਿਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਐਸਾ ਬਚਨ ਘਰ ਕਰ ਗਿਆ ਸਾਰੀ ਉਮਰ ਆਪਣੇ ਬਾਣੇ ਨੂੰ ਸੰਕੋਚ ਕੇ ਹੀ ਚੱਲਦੇ ਰਹੇ ਸਾਰੀ ਉਮਰ ਸੰਗਤਾਂ ਨੇ ਆਖਿਆ ਸੱਚੇ ਪਾਤਸ਼ਾਹ ਹੁਣ ਗੁਰਿਆਈ ਦੇ ਮਾਲਕ ਬਣ ਗਏ ਹੋ ਹੁਣ ਤੇ ਚੋਲਾ ਖੁੱਲਾ ਛੱਡ ਦਿਆ ਕਰੋ ਗੁਰੂ ਹਰਿ ਰਾਇ ਸਾਹਿਬ ਕਹਿੰਦੇ ਸੰਗਤੇ ਇੱਕ ਪਾਸੇ ਤੁਸੀਂ ਦੂਜੇ ਪਾਸੇ ਮੇਰੇ ਗੁਰੂ ਦਾ ਹੁਕਮ ਮੈਂ ਗੁਰੂ ਦੇ ਹੁਕਮ ਤੋਂ ਬਾਹਰਾ ਨਹੀਂ ਹੋ ਸਕਦਾ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਦਾ ਪੁੱਤਰ ਆਪਣੇ ਗੁਰੂ ਦਾ ਹੁਕਮ ਮੈਂ ਉਹਤੋਂ ਮੁਨਕਰ ਨਹੀਂ ਹੋ ਸਕਦਾ ਜੋ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤਾ ਹੈ ਉਹ ਸਾਰੀ ਉਮਰ ਸਵਾਸਾਂ ਨਾਲ ਨਿਭਾਇਆ ਇਦਾਂ ਦਾ ਹਿਰਦਾ ਕੋਮਲ ਗੁਰਮੁਖੋ ਪਰ ਜੇ ਬਾਣੀ ਦੀ ਬੇਅਦਬੀ ਕੀਤੀ ਪੁੱਤਰ ਨੇ ਤੇ ਆਖ ਦਿੱਤਾ ਸਾਰੀ ਉਮਰ ਸਾਡੇ ਮੱਥੇ ਨਾ ਲੱਗੀ ਆਖੋ ਸਤਨਾਮ ਧੰਨ ਗੁਰੂ ਹਰਿ ਰਾਇ ਸਾਹਿਬ ਮਹਾਰਾਜ ਨਗਰ ਵਿੱਚ ਆਏ ਗੁਰਦੁਆਰਾ ਤਾਲਵਾਲਾ ਸਾਹਿਬ ਜਿੱਥੇ ਗੁਰਮੁਖੋ ਉਹ ਬੇਰ ਸਾਹਿਬ ਅੱਜ ਵੀ ਹਰੀ ਭਰੀ ਭਰਪੂਰ ਹੈ ਜਿਹਦੇ ਦਰਸ਼ਨ ਦੀਦਾਰੇ ਸੰਗਤਾਂ ਕਰਦੀਆਂ ਨੇ ਦੇਸਾਂ ਪ੍ਰਦੇਸਾਂ ਚੋਂ ਲੋਕ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਂਦੇ ਆ ਆਪਣੀਆਂ ਆਸਾਂ ਪੂਰੀਆਂ ਹੋਣ ਤੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਇਸ ਨਗਰ ਦੇ ਨੀਂਹ ਆਪਣੇ ਕਰ ਕਮਲਾਂ ਦੇ ਨਾਲ ਰੱਖੋ ਤੇ ਗੁਰਮੁਖੋ ਜਦੋਂ ਗੁਰੂ ਹਰਿ ਰਾਇ ਸਾਹਿਬ ਆਏ ਚਾਹ ਚੜ ਗਿਆ ਸੰਗਤਾਂ ਨੂੰ ਤੇ ਕੀ ਬਚਨ ਕਰਦੇ ਨੇ ਆਜ ਮੋਰੇ ਆਏ 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 ਆਜ ਮੋਰੇ ਆਜ ਮੋਰੇ ਆਏ ਹੈ
चित्र चित्र बानक बने बचित्र पावन पवित्र मित्र आज मोरे आए है परम दयाल लाल लोचन बसाल मुख बचन रसाल मधु मधर गुरमुखो धन गुरु हर राय साहब महाराज इस नगर दे विच आए संगत अंदर चाओ संगत दे अंदर एक खुशी के सतगुरु गुरु नानक पातशाह जी दी जोत क्योंकि जोत ऊहा जुगत साए सहकाया फेर पलटी है ओही जोत गुरु हर राय साहब महाराज जी साडे नगर आए ते संगतां ने बेनती की महाराज इस नगर दी नींह अपने कर कमलां दे नाल रखो फिर गुरमुखो तुसी नगर दे दर्शन करो नगर दे विच सच्चे पातशाह जी ने नगर दे चढ़दे पासे और गुरमुखो नगर दे लहिंदे पासे अपने कर कमलां दे नाल मोड़ियां गड्डियां निशानियां लाईयां ते आखिया ऐ संगत जी ए तुहाडा नगर इन्हां मोड़ियां तो भी बाहर तक फैलेगा आखो सतनाम वाहेगुरु ते जिथे वह मोड़ियां गड्डियां सतगुरां ने अज गुरमुखो दो डेढ़ी साहब बहुत पावन और पवित्र जिन्हां दी मान मर्यादा अज भी संगतां अंदर कायम है बड़े सुंदर ढंग नाल वह दो डेढ़ी साहब बनाईयां गईयां ते गुरमुखो वह दो डेढ़ी साहिब पिंड दे लहिंदे पासे और नगर दे चढ़दे पासे वाले पासे जो सच्चे पातशाह ने मोड़ियां गड्डियां गुरमुखो ओ मोड़ियां दी जगह दो सुंदर ड्योढ़ी साहब ते ड्योढ़ी साहब दे लागे गुरुद्वारा श्री चढ़दा पासा साहिब और पिंड दे लहिंदे पासे गुरुद्वारा श्री लहिंदा पासा साहिब गुरु हर राय साहब महाराज जी दी याद अंदर सुभाए माए ਤੇ ਗੁਰਮੁਖੋ ਜਿੱਥੋਂ ਤੱਕ ਸਿਆਣੇ ਬਜ਼ੁਰਗ ਇਤਿਹਾਸ ਦੇ ਖੋਜੀ ਜਾਂ ਸੀਨੇ ਬਸੀਨੇ ਜਿਨ੍ਹਾਂ ਨੇ ਇਹ ਇਤਿਹਾਸ ਸੁਣਿਆ ਸਰਵਣ ਕੀਤਾ ਹੈ ਜਿਹੜਾ ਚੜ੍ਹਦਾ ਪਾਸਾ ਗੁਰਦੁਆਰਾ ਸਾਹਿਬ ਹੈ ਤੇ ਸੁਣਨ ਵਿੱਚ ਆਉਂਦਾ ਹੈ ਸਤਪੁਰਸ਼ ਇਹ ਬੇਨਤੀਆਂ ਕਰਦੇ ਨੇ ਕਿ ਇਸ ਜਗ੍ਹਾ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਆਪ ਧਰਮਸ਼ਾਲਾ ਸਾਹਿਬ ਨਗਰ ਤੋਂ ਛਡਵਾਈ ते इस धर्मशाला साहब दे विच गुरमुखो 1930 वेले जो गुरुद्वारा साहब जी दी पक्की बिल्डिंग बनाई गई 1930 तो उदू पहला कच्ची धर्मशाला है सतसंग जी दर्शन भी कई बजुर्गों ने किते हुए ने और 1930 विच ओ कच्ची धर्मशाला गुरमुखो पक्की इमारत गुरुद्वारा साहब दी बनाई गई और हुण एक या दो साल लगभग पहला दोबारा गुरु घर दी सत्कार सेवा हुई और संगतां दे सहयोग दे नाल गुरुद्वारा चढ़दा पासा साहिब दोबारा नवी इमारत गुरु महाराज जी दी याद विच सजाई ते गुरमुखो इस जगह जो धर्मशाला साहिब गुरु हर राय साहिब महाराज ने आप छुड़वाई नगर तो सांझी ਕਹਿੰਦੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਨੇ ਖੁਦ ਇਸ ਜਗ੍ਹਾ ਤੇ ਬੈਠ ਕਰਕੇ ਕੀਰਤਨ ਵੀ ਕੀਤਾ ਖੋ ਸਤਨਾਮ ਸ੍ਰੀ ਵਾਹਿਗੁਰੂ ਕੀਰਤਨ ਤੇ ਗੁਰਮੁਖੋ ਗੁਰਬਾਣੀ ਅੰਦਰ ਮਹਾਰਾਜ ਜੀ ਦਰਜ ਕਰਦੇ ਨੇ ਕੀਰਤਨ ਹੋਆ ਰਹਿਣ ਸਵਾਈ ਆਏ ਸੰਤ ਪਰੋਣੇ ਨੇ आए संत परौने ने कीर्तन हो आरण सभाई 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 आए कीर्तन हो आरण सभाई आए संत परौने कीर्तन हो आरण सभाई आए संत परौने रे कीर्तन हो आरण सभाई आए संत परौने ने कीर्तन हो आरण सभाई आए संत परौने आए संत परौने ने
ਰਹੁਣੇ ਕੀਰਤਨ ਹੋਆ ਰਹਿਣ ਸਵਾਈ ਗੁਰਮੁਖੋ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜਿਨ੍ਹਾਂ ਨੇ ਖੁਦ ਇਸ ਧਰਮਸ਼ਾਲਾ ਗੁਰਦੁਆਰਾ ਚੜ੍ਹਦਾ ਪਾਸਾ ਸਾਹਿਬ ਸਤਸੰਗ ਜੀ ਕੀਰਤਨ ਕਰਕੇ ਆਪਣੇ ਮੁਖਾਰ ਬਿੰਦ ਤੋਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਸੀ। ਸੱਚੇ ਪਾਤਸ਼ਾਹ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਇਸ ਨਗਰ ਨੂੰ ਬੇਅੰਤ ਵਰ ਦੇ ਕੇ ਗੁਰਮੁਖੋ ਨਿਵਾਜਿਆ। ਸੱਚੇ ਪਾਤਸ਼ਾਹ ਨੂੰ ਸੰਗਤਾਂ ਨੇ ਹੁਕਮ ਕੀਤਾ, ਸੰਗਤਾਂ ਨੇ ਬੇਨਤੀ ਕਰਕੇ ਵਾਹਿਗੁਰੂ ਸੰਗਤਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਇਸ ਨਗਰ ਨੂੰ ਗੁਰਮੁਖੋ ਜੋ ਕਿ ਸਰਖੁੱਥੀ ਨਗਰ ਮਹਾਰਾਜ ਜੀ ਦੇ ਆਉਣ ਤੋਂ ਪਹਿਲਾਂ ਇਸ ਨਗਰ ਦਾ ਨਾਮ ਤੇ ਮਹਾਰਾਜ ਨੇ ਗੁਰਮੁਖੋ ਇਸ ਨਗਰ ਦਾ ਨਾਮ ਸੱਚੇ ਪਾਤਸ਼ਾਹ ਨੇ ਹਰ ਰਾਏਪੁਰ ਰੱਖਿਆ। ਖੋ ਸਤਨਾਮ ਸ੍ਰੀ ਵਾਹਿਗੁਰੂ ਹਰ ਰਾਏਪੁਰ ਸੱਚੇ ਪਾਤਸ਼ਾਹ ਜੀ ਦੇ ਆਪਣੇ ਪਵਿੱਤਰ ਨਾਮ ਦੇ ਉੱਤੇ। ਤੇ ਫਿਰ ਜਿਵੇਂ ਸਿਆਣੇ ਦੱਸਦੇ ਨੇ ਕਿ ਗੁਰਮੁਖੋ ਜਦੋਂ ਫਿਰ ਮੁਰੱਬੇ ਬੰਦੀਆਂ ਹੋਈਆਂ ਨੇ, ਮੁਰੱਬੇ ਬੰਦੀਆਂ ਦੇ ਵਿੱਚ ਜਦੋਂ ਜ਼ਮੀਨਾਂ ਦੀਆਂ ਮੁਰੱਬੇ ਬੰਦੀਆਂ ਹੋਈਆਂ, ਰਾਏਪੁਰ ਔਰ ਕਾਨਪੁਰ ਨਗਰ ਦੇ ਵਿਚਕਾਰ ਇੱਕ ਪੱਤੀ ਸੀ ਰਸੂਲਪੁਰ, ਬੇਨਤੀ ਸਰਵਣ ਕਰਿਓ, ਵਿੱਚ ਪੱਤੀ ਸੀ ਰਸੂਲਪੁਰ। ਜਦੋਂ ਕਹਿੰਦੇ ਮੁਰੱਬੇ ਬੰਦੀ ਹੋਈ, ਉਸ ਰਸੂਲਪੁਰ ਪੱਤੀ ਨੂੰ ਵੀ ਰਾਏਪੁਰ ਦੇ ਨਾਲ ਮਿਲਾ ਦਿੱਤਾ, ਨਗਰ ਦਾ ਨਾਮ ਰਾਏਪੁਰ ਰਸੂਲਪੁਰ ਬਣਿਆ। ਸਤਨਾਮ ਸ੍ਰੀ ਵਾਹਿਗੁਰੂ ਰਾਏਪੁਰ ਰਸੂਲਪੁਰ। ਤੇ ਆਮ ਤੇ ਗੁਰਮੁਖੋ ਸਿੱਧਾ ਹੀ ਰਾਏਪੁਰ ਬੱਲਾ ਕਹਿ ਕੇ ਅਸੀਂ ਬੁਲਾਉਂਦੇ, ਜ਼ਿਆਦਾ ਇੱਥੇ ਜਾਣਦੇ। ਤੇ ਫਿਰ ਗੁਰੂ ਹਰ ਰਾਏ ਸਾਹਿਬ ਮਹਾਰਾਜ ਜਦੋਂ ਚੜ੍ਹਦਾ ਪਾਸਾ ਸਾਹਿਬ ਦੀ ਮੋੜੀ ਡਿਓੜੀ ਸਾਹਿਬ ਦੀ ਗੱਡੀ ਤੇ ਲਹਿੰਦੇ ਪਾਸੇ ਨੂੰ ਗਏ, ਮੋੜੀ ਗੱਡੀ ਗੁਰਮੁਖੋ ਪੈਦਲ ਚੱਲ ਕੇ ਸੱਚੇ ਪਾਤਸ਼ਾਹ ਨਗਰ ਦੇ ਲਹਿੰਦੇ ਪਾਸੇ ਤੱਕ ਜਿੱਥੇ ਮੋੜੀ ਗੱਡੀ ਹੈ, ਸੁੰਦਰ ਡਿਓੜੀ ਸਾਹਿਬ ਅੱਜ ਸੁਭਾਈਮਾਨ ਹੈ, ਤੇ ਸੱਚੇ ਪਾਤਸ਼ਾਹ ਜੀ ਦੇ ਘੋੜੇ ਉੱਥੇ ਜਾ ਕੇ ਮਹਾਰਾਜ ਜੀ ਨੂੰ ਗੁਰਮੁਖੋ ਸੰਗਤਾਂ ਨੇ ਬੇਨਤੀ ਕੀਤੀ ਜਦੋਂ ਘੋੜੇ ਤੇ ਸਵਾਰੀ ਲੱਗੇ ਨਾ ਕਰਨ, ਤੇ ਗੁਰੂ ਮਹਾਰਾਜ ਦੇ ਚਰਨਾਂ ਚ ਬੇਨਤੀ ਕਰਕੇ ਸੰਗਤਾਂ ਨੇ ਪੁੱਛਣਾ ਕੀਤਾ, ਸੱਚੇ ਪਾਤਸ਼ਾਹ ਦੁਬਾਰਾ ਕਦੋਂ ਚਰਨ ਪਾਓਗੇ? ਆਖੋ ਸਤਨਾਮ ਵਾਹਿਗੁਰੂ ਦੁਬਾਰਾ ਕਦੋਂ ਭਾਗ ਲਾਓਗੇ, ਚਰਨ ਪਾਓਗੇ? ਤੇ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ, ਸੰਗਤੇ ਪਛਾਣਨ ਵਾਲੀ ਅੱਖ ਰੱਖਿਓ, ਸਾਧੂ ਰੂਪ ਵਿੱਚ ਇਸ ਧਰਤੀ ਤੇ ਆਉਂਦੇ ਹੀ ਰਹਿਣਾ। ਆਖੋ ਸਤਨਾਮ ਵਾਹਿਗੁਰੂ ਤੇ ਕੋਈ ਸ਼ੱਕ ਥੋੜਾ ਹੈ ਗੁਰਮੁਖੋ, ਸਾਡੇ ਵਿਚਕਾਰ ਬੈਠੇ ਨੇ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਚਾਹ ਵਾਲੇ, ਸਤਸੰਗ ਜੀ ਵੱਡੇ ਮਹਾਂਪੁਰਖ ਸੰਤ ਬਾਬਾ ਕਪੂਰ ਸਿੰਘ ਜੀ ਨਿਰਵਾਣ, ਜਿਨ੍ਹਾਂ ਦਾ ਅਸਥਾਨ ਪਿੰਡ ਦੇ ਚੜ੍ਹਦੇ ਪਾਸੇ ਗੁਰਦੁਆਰਾ ਵੱਟ ਸਾਹਿਬ ਪੜਾ ਸਾਹਿਬ ਵੀ ਅਸੀਂ ਕਹਿ ਦਿੰਦੇ, ਗੁਰਮੁਖੋ ਉੱਥੇ ਬਾਬਾ ਕਪੂਰ ਸਿੰਘ ਜੀ ਦਾ ਅਸਥਾਨ ਤਪ ਅਸਥਾਨ ਸੁਭਾਈਮਾਨ ਹੈ। ਕਿੰਨੇ ਨਿਰਵਾਣਾ ਨੇ ਗੁਰਮੁਖੋ ਆਪਣਾ ਤਪ ਕੀਤਾ, ਸਿਮਰਨ ਕੀਤਾ, ਉਹਨਾਂ ਨੇ ਇਸ ਨਗਰ ਨੂੰ ਭਾਗ ਲਾਏ। ਨਗਰ ਦੇ ਲਹਿੰਦੇ ਪਾਸੇ ਸੰਤ ਬਾਬਾ ਪ੍ਰੀਤਮ ਦਾਸ ਜੀ ਮਹਾਂਪੁਰਖ, ਸਤਸੰਗ ਜੀ ਉਹ ਅਸਥਾਨ ਅੱਜ ਪ੍ਰਗਟ ਹੈ, ਗੁਰਦੁਆਰਾ ਡੇਰਾ ਬਾਬੇ ਜੌੜੇ ਜੀ, ਜਿੱਥੇ ਸੰਤ ਬਾਬਾ ਪ੍ਰੀਤਮ ਦਾਸ ਜੀ ਔਰ ਗੁਰਮੁਖੋ ਉਹਨਾਂ ਤੋਂ ਬਾਅਦ ਹੁਣ ਉੱਥੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੌੜੇ ਉਸ ਅਸਥਾਨ ਤੇ ਸੇਵਾ ਨਿਭਾ ਰਹੇ। ਪਿੰਡ ਦੇ ਚੜ੍ਹਦੇ ਪਾਸੇ ਨਿਰਵਾਣਾ ਦਾ ਅਸਥਾਨ ਸੰਤ ਬਾਬਾ ਕਪੂਰ ਸਿੰਘ ਜੀ ਨਿਰਵਾਣ, ਜਿਨ੍ਹਾਂ ਦੇ ਗਾਂ ਮੁੱਖ ਸੇਵਾਦਾਰ ਬਾਬਾ ਕਰਮ ਸਿੰਘ ਜੀ ਚਾਹ ਵਾਲੇ ਜੋ ਸਾਡੇ ਵਿੱਚ ਬਿਰਾਜਮਾਨ ਨੇ ਸਟੇਜ ਤੇ, ਤੇ ਗੁਰਮੁਖੋ ਲਹਿੰਦੇ ਪਾਸੇ ਵਾਲੇ ਪਾਸੇ ਡੇਰਾ ਬਾਬਾ ਜੌੜੇ ਜੀ, ਬਾਬਾ ਪ੍ਰੀਤਮ ਦਾਸ ਜੀ, ਇਹਨਾਂ ਦੇ ਅੱਗੇ ਸੇਵਾਦਾਰ ਬਾਬਾ ਨਿਰਮਲ ਦਾਸ। ਤੇ ਗੁਰਮੁਖੋ ਪਛਾਣਨ ਵਾਲੀ ਅੱਖ ਰੱਖਿਓ, ਮਹਾਰਾਜ ਕਹਿੰਦੇ ਸਾਧੂ ਰੂਪ ਵਿੱਚ ਇਸ ਧਰਤੀ ਤੇ ਆਉਂਦੇ ਰਹਿਣਾ, ਤੇ ਨਾਲ ਵਰ ਕੀ ਦਿੱਤਾ ਸੰਗਤੇ ਇਸ ਹਰ ਰਾਏਪੁਰ ਨਗਰ ਦੇ ਵਿੱਚ ਹਮੇਸ਼ਾ ਹੀ ਕੀਰਤਨ ਹੁੰਦਾ ਰਹਿਣਾ। ਆਖੋ ਸਤਨਾਮ ਜਦੋਂ ਮਹਾਰਾਜ ਨੇ ਖੁਦ ਕੀਰਤਨ ਕੀਤਾ ਬਚਨ ਕਰਕੇ ਨਵਾਜਿਆ, ਇਸ ਨਗਰ ਵਿੱਚ ਹਮੇਸ਼ਾ ਹੀ ਕੀਰਤਨ ਹੁੰਦਾ ਰਹੇਗਾ, ਗੁਰੂ ਦਾ ਜਸ ਹੁੰਦਾ ਰਹੇਗਾ। ਤੇ ਆਮ ਕਰਕੇ ਧਾਰਨਾ ਪੜ੍ਹਦੇ ਹੀ ਰਹਿੰਦੇ, ਗੁਰਮੁਖੋ ਪੜ੍ਹਿਓ ਪਿਆਰ ਨਾਲ, ਪੱਗਾਂ ਵਾਲਿਆਂ ਪਿੰਡਾਂ ਵਿੱਚ ਹੋਵੇ ਜਸ ਗੁਰੂ ਨਾਨਕ ਦਾ, ਬਾਬੇ ਨਾਨਕ ਦਾ
ਆਪੇ ਨਾਨਕ ਦਾ ਭਗਾ ਨਾਲ ਆਪੇ ਨਾਲੇ ਵਿੱਚ ਹੋਏ ਜਾਤ ਬਾਪੇ ਨਾਨਕ ਦਾ ਗੁਰੂ ਨਾਨਕ ਦਾ ਭਗਾਂ ਵਾਲਿਆਂ ਪਿੰਡਾਂ ਦੇ ਵਿੱਚ ਹੋਵੇ ਗੁਰੂ ਨਾਨਕ ਦਾ ਭਗਾਂ ਵਾਲਿਆਂ ਪਿੰਡਾਂ ਦੇ ਵਿੱਚ ਹੋਵੇ ਬਾਬੇ ਨਾਨਕ ਦਾ ਗੁਰਮੁਖੋ ਜਿੱਥੇ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਤੇ ਅੱਜ ਤੱਕ ਗੁਰੂ ਮਹਾਰਾਜ ਜੀ ਦੀ ਕਿਰਪਾ ਵਰਤਦੀ ਗੁਰਦੁਆਰਾ ਤਾਲਵਾਲਾ ਸਾਹਿਬ ਸਲਾਨਾ ਕੀਰਤਨ ਦਰਬਾਰ ਹੁੰਦੇ ਨੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਦੇ ਪ੍ਰਵਾਹ ਬਾਣੀ ਦੇ ਚੱਲਦੇ ਹੀ ਰਹਿੰਦੇ ਨੇ ਇਹ ਸਭ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਬਚਨਾਂ ਦਾ ਕਮਾਲ ਤੇ ਗੁਰਮੁਖੋ ਫਿਰ ਇੱਥੋਂ ਸੱਚੇ ਪਾਤਸ਼ਾਹ ਸੰਗਤਾਂ ਨੇ ਨਤਮਸਤਕ ਕੀਤਾ ਮਹਾਰਾਜ ਨੂੰ ਵਿਦਿਆ ਦਿੱਤੀ ਫਿਰ ਗੁਰਮੁਖੋ ਸੱਚੇ ਪਾਤਸ਼ਾਹ ਇੱਥੋਂ ਚਾਲੇ ਪਾਏ ਔਰ ਟਾਹਲੀ ਸਾਹਿਬ ਨਗਰ ਤੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਤੋਂ ਹੁੰਦੇ ਹੋਏ ਲਾਹੌਰ ਨੂੰ ਚਲੇ ਗਏ ਸਨ ਆਖੋ ਸਤਨਾਮ ਤੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਔਰ ਬਖਸ਼ਿਸ਼ ਹੈ ਜੋ ਆਪ ਸਰਬ ਸੰਗਤਾਂ ਦਾ ਪਿਆਰ ਆਪ ਸਰਬ ਸੰਗਤਾਂ ਦਾ ਸਤਸੰਗ ਜੀ ਇਤਫਾਕ ਇਸ ਨਗਰ ਦੇ ਵਿੱਚ ਤੇ ਨਗਰ ਦੀਆਂ ਸੰਗਤਾਂ ਦੇ ਔਰ ਇਲਾਕੇ ਦੀਆਂ ਸੰਗਤਾਂ ਦੇ ਵੱਡੇ ਭਾਗ ਨੇ ਜੋ ਸਤਿਗੁਰਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਜਨਮ ਲੈਣ ਦਾ ਸੁਭਾਗ ਸਮਾਂ ਸਾਨੂੰ ਪ੍ਰਾਪਤ ਹੋਇਆ ਹੈ ਤੇ ਗੁਰਮੁਖੋ ਬੇਨਤੀ ਕਰਾਂ ਇਹ ਨਗਰ ਰਾਏਪੁਰ ਰਸੂਲਪੁਰ ਸਤਸੰਗ ਜੀ ਜਲੰਧਰ ਤੋਂ ਪਠਾਨਕੋਟ ਰੋਡ ਇਹ ਤਕਰੀਬਨ 7-8 ਕਿਲੋਮੀਟਰ ਦੀ ਵਿੱਥ ਤੇ ਹੈ ਜਲੰਧਰ ਤੋਂ ਜੋ ਰਾਸ਼ਟਰੀ ਮਾਰਗ ਪਠਾਨਕੋਟ ਰੋਡ ਹੈ ਉਹਦੇ ਤੇ ਸਥਿਤ ਹੈ ਤੇ ਗੁਰਮੁਖੋ ਦੇਖਣ ਯੋਗ ਅਸਥਾਨ ਨੇ ਦਰਸ਼ਨ ਕਰਨ ਯੋਗ ਅਸਥਾਨ ਨੇ ਮਹਾਰਾਜ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਤਾਲਵਾਲਾ ਸਾਹਿਬ ਪਾਤਸ਼ਾਹੀ ਸੱਤਵੀਂ ਗੁਰਦੁਆਰਾ ਚੜ੍ਹਦਾ ਪਾਸਾ ਸਾਹਿਬ ਔਰ ਗੁਰਦੁਆਰਾ ਲਹਿੰਦਾ ਪਾਸਾ ਸਾਹਿਬ ਜੀ ਦੇ ਨਾਮ ਨਾਲ ਬੁਲਾਇਆ ਜਾਂਦਾ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੀ ਪਾਵਨ ਔਰ ਪਵਿੱਤਰ ਯਾਦ ਵਿੱਚ ਜੋ ਸੁਭਾਈਮਾਨ ਨੇ ਤੇ ਗੁਰਮੁਖੋ ਇਹ ਇਤਿਹਾਸ ਲਿਖਤੀ ਰੂਪ ਵਿੱਚ ਨਹੀਂ ਮਿਲਦਾ ਮਹਾਰਾਜ ਜੀ ਦੀਆਂ ਇਸ ਨਗਰ ਦੇ ਵਿੱਚ ਨਿਸ਼ਾਨੀਆਂ ਇਸ ਨਗਰ ਦੇ ਵਿੱਚ ਸਤਸੰਗ ਜੀ ਜੋ ਲਾਏ ਭਾਗ ਨੇ ਅੱਜ ਵੀ ਜਿਹੜੇ ਡਿਓੜੀ ਸਾਹਿਬ ਮਹਾਰਾਜ ਨੇ ਸੁਸ਼ੋਭਿਤ ਕੀਤੇ ਜੋ ਮੋੜੀਆਂ ਗੱਡੀਆਂ ਪਾਵਨ ਪਵਿੱਤਰ ਸਤਸੰਗ ਜੀ ਸਤਿਕਾਰਯੋਗ ਡਿਓੜੀਆਂ ਬਣੀਆਂ ਨੇ ਕੋਈ ਵੀ ਪ੍ਰਾਣੀ ਕੋਈ ਵੀ ਸਰੀਰ ਸਤਸੰਗ ਜੀ ਉੱਥੋਂ ਦੀ ਪੈਦਲ ਚੱਲ ਕੇ ਲੰਘਦਾ ਹੈ ਅੱਜ ਤੱਕ ਵੀ ਉੱਥੇ ਕੋਈ ਵੀ ਨਿਰਾਦਰ ਨਹੀਂ ਕੋਈ ਵੀ ਗੁਰਮੁਖੋ ਜੋ ਸ਼ਰਧਾ ਭਾਵਨਾ ਅੰਦਰ ਹੈ ਉਹਦੇ ਚ ਕੋਈ ਵੀ ਘਾਟ ਨਹੀਂ ਪੈਦਲ ਲੰਘ ਕੇ ਅੰਦਰ ਤੱਕ ਜਾਣਾ ਸਕੂਟਰ ਹੋਵੇ ਮੋਟਰਸਾਈਕਲ ਹੋਵੇ ਸਤਿਕਾਰ ਹੈ ਤੇ ਗੁਰਮੁਖੋ ਡਿਓੜੀ ਸਾਹਿਬ ਦੇ ਵਿੱਚ ਦੀ ਉਤਰ ਕੇ ਪੈਦਲ ਚੱਲ ਕੇ ਅੰਦਰ ਜਾਣਾ ਜਿਹੜੀਆਂ ਗੱਡੀਆਂ ਕਾਰਾਂ ਨੇ ਉਹ ਤੇ ਬਾਹਰ ਰਹਿ ਜਾਂਦੀਆਂ ਨੇ ਉਹ ਅੰਦਰ ਨਹੀਂ ਜਾਂਦੀਆਂ ਡਿਓੜੀ ਸਾਹਿਬ ਦੇ ਰਸਤੇ ਕਿਉਂਕਿ ਸਤਿਕਾਰ ਸੰਗਤਾਂ ਦੇ ਵਿੱਚ ਅੱਜ ਵੀ ਬਰਕਰਾਰ ਹੈ ਤੇ ਗੁਰਮੁਖੋ ਸੱਚੇ ਪਾਤਸ਼ਾਹ ਜੀ ਦੀ ਅੱਜ ਵੀ ਕਿਰਪਾ ਇਸ ਨਗਰ ਰਾਏਪੁਰ ਰਸੂਲਪੁਰ ਤੇ ਹੈ ਜਿੱਥੇ ਇੰਨੀ ਕਮਾਈ ਵਾਲੇ ਮਹਾਂਪੁਰਖਾਂ ਦੀ ਕਿਰਪਾ ਦਾ ਮੇਘ ਵਰਸਦਾ ਹੈ ਮੈਂ ਧੰਨਵਾਦੀ ਹਾਂ ਸੰਤ ਬਾਬਾ ਕਰਮ ਸਿੰਘ ਜੀ ਮਹਾਂਪੁਰਖ ਚਾਹ ਵਾਲੇ ਸੰਤ ਬਾਬਾ ਸੰਤੋਖ ਦਾਸ ਜੀ ਡੇਰਾ ਬਾਬਾ ਸ਼੍ਰੀ ਚੰਦ ਮਹਾਰਾਜ ਹਿਮਾਚਲ ਪ੍ਰਦੇਸ਼ ਪੁੱਬੋਵਾਲ ਤੋਂ ਜੋ ਸਟੇਜ ਤੇ ਬਿਰਾਜਮਾਨ ਨੇ ਮਹਾਂਪੁਰਖਾਂ ਨੂੰ ਜੀ ਆਇਆਂ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ ਇੰਟਰਨੈਸ਼ਨਲ ਢਾਡੀ ਜਥਾ ਗੁਰਮੁਖੋ ਉਹ ਵੀ ਆਪ ਸਰਬ ਸੰਗਤਾਂ ਦੇ ਜੋੜੇ ਝਾੜਨ ਵਾਸਤੇ ਆਪ ਜੀ ਨੂੰ ਗੁਰਬਾਣੀ ਲੜ ਸਿਹਤ ਭਾਵੇਂ ਭਾਈ ਸਾਹਿਬ ਹੋਣਾਂ ਦੀ ਖਰਾਬ ਸੀ ਅੱਜ 2-3 ਦਿਨ ਤੋਂ ਬਹੁਤ ਜ਼ਿਆਦਾ ਪਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਲਈ ਸਤਸੰਗ ਜੀ ਦਾਸਾਂ ਦੇ
ਸੱਦੇ ਨੂੰ ਪ੍ਰਵਾਨ ਕਰਦੇ ਹੋਏ ਅੱਜ ਇੱਥੇ ਪਹੁੰਚੇ ਸਿਹਤ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਬਹੁਤ ਧੰਨਵਾਦ ਹੈ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਾਂਪੁਰਖ ਭਗੌਰੇ ਵਾਲੇ ਮਹਾਂਪੁਰਸ਼ ਨੇਕੀ ਵਾਲੇ ਜੋ ਗੁਰਮੁਖੋ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਤਿੰਨਾਂ ਦੇ ਸੇਵਕ ਬਾਬਾ ਮਹਿੰਦਰ ਸਿੰਘ ਜੀ ਨੇਕੀ ਵਾਲੇ ਤਿੰਨਾਂ ਦੇ ਸੇਵਾਦਾਰ ਚਰਨ ਸੇਵਕ ਸੰਤ ਬਾਬਾ ਸੁਰਜੀਤ ਸਿੰਘ ਜੀ ਭਗੌਰੇ ਵਾਲੇ ਮਹਾਂਪੁਰਖ ਜਿਹੜੇ ਗੁਪਤ ਰਹਿ ਕੇ ਕਿਰਪਾ ਕਰਦੇ ਨੇ ਜਿਹਨਾਂ ਦੀ ਕਿਰਪਾ ਸਮੂਹ ਸੰਗਤਾਂ ਤੇ ਸਤ ਸੰਗਤ ਜੀ ਭਾਈ ਸਾਹਿਬ ਹੋਣਾਂ ਦਾ ਵੀ ਬਾਬਾ ਜੀ ਹੋਣਾਂ ਨਾਲ ਬੜਾ ਪਿਆਰ ਸੋ ਮਹਾਰਾਜ ਜੀ ਕਿਰਪਾ ਕਰਨ ਇਸੇ ਤਰ੍ਹਾਂ ਸਾਧੂਆਂ ਦਾ ਪਿਆਰ ਸਾਧੂਆਂ ਦੀ ਕਿਰਪਾ ਇਸ ਨਗਰ ਦੇ ਉੱਤੇ ਵਰਤਦੀ ਰਹੇ ਤੇ ਗੁਰੂ ਮਹਾਰਾਜ ਦੇ ਇੱਕ ਬਚਨ ਮੈਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਸਮਾਪਤੀ ਵਾਲੇ ਪਾਸੇ ਜਾਣਾ ਹੈ ਗੁਰੂ ਮਹਾਰਾਜ ਨੇ ਬਚਨ ਕੀਤਾ ਗੁਰਸਿੱਖੋ ਇਹ ਹਰ ਰਾਏਪੁਰ ਨਗਰ ਦੀ ਇਹ ਸੰਗਤੇ ਜਠੇਰੇ ਪੂਜਣ ਦੀ ਲੋੜ ਨਹੀਂ ਆਖੋ ਸਤਨਾਮ ਵਾਹਿਗੁਰੂ ਸਾਰੇ ਨਗਰਾਂ ਦੇ ਲੋਕ ਆਪੋ ਆਪਣੀਆਂ ਗੋਤਾਂ ਦੇ ਜਠੇਰੇ ਪੂਜਦੇ ਆ ਪਰ ਗੁਰਮੁਖੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਕਿਸੇ ਨੂੰ ਹੋਠੀ ਗੋਤ ਦੇ ਨੂੰ ਪਤਾ ਹੋਏਗਾ ਕਿ ਸਾਡੇ ਜਠੇਰੇ ਕਿੱਥੇ ਹੈ ਗੁਰੂ ਹਰ ਰਾਏ ਸਾਹਿਬ ਮਹਾਰਾਜ ਐਡੀ ਕਿਰਪਾ ਕਰਕੇ ਗਏ ਸੰਗਤੇ ਜਠੇਰਿਆਂ ਤੇ ਜਾਣ ਦੀ ਲੋੜ ਨਹੀਂ ਦੁੱਖ ਹੋਵੇ ਸੁੱਖ ਹੋਵੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਕਰੋ ਆਖੋ ਸਤਨਾਮ ਵਾਹਿਗੁਰੂ ਤੇ ਅੱਜ ਤੱਕ ਭਾਵੇਂ ਬਰਾਤਾਂ ਚੜ੍ਹਨ ਜੰਜਾਂ ਚੜ੍ਹਨ ਭਾਵੇਂ ਕੋਈ ਸੁੱਖ ਦਾ ਸਮਾਂ ਭਾਵੇਂ ਕੋਈ ਦੁੱਖ ਦਾ ਸਮਾਂ ਗੁਰਮੁਖੋ ਗੁਰੂ ਅੱਗੇ ਗੁਰੂ ਗ੍ਰੰਥ ਸਾਹਿਬ ਅੱਗੇ ਗੁਰਦੁਆਰਾ ਸਾਹਿਬ 'ਚ ਹੀ ਅਰਦਾਸ ਹੁੰਦੀ ਹੈ ਅੱਜ ਤੱਕ ਪਤਾ ਹੀ ਨਹੀਂ ਹੋਠੀਆਂ ਨੂੰ ਜਠੇਰੇ ਕਿੱਥੇ ਹੈ ਐਸੀ ਕਿਰਪਾ ਗੁਰੂ ਹਰ ਰਾਏ ਸਾਹਿਬ ਮਹਾਰਾਜ ਦੀ ਤੇ ਨਾਲ ਬਚਨ ਕੀਤਾ ਸੰਗਤੇ ਬਹੁਤਾ ਹੰਕਾਰ ਰਹੇਗਾ ਜਿਹੜਾ ਇਹ ਤੇ ਬਚਨ ਸੱਤ ਹੁੰਦਾ ਵੀ ਵੇਖਿਆ ਨਾ ਗੁਰਮੁਖ ਇਸ ਨਗਰ ਵਿੱਚ ਬਹੁਤਾ ਚੜ੍ਹ ਕੇ ਆਏਗਾ ਜਿਹੜਾ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚਾਰ ਜੰਗਾਂ ਕੀਤੀਆਂ ਨਾ ਗੁਰਮੁਖੋ ਮਗਰੋਂ ਗੱਦੀ ਮਿਲੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਆ ਕੇ ਸਿੱਖਾਂ ਨੇ ਕਹਿਣਾ ਮਹਾਰਾਜ ਮੁਸਲਮਾਨ ਫੌਜ ਚੜ੍ਹਾਈ ਕਰਕੇ ਆ ਰਹੀ ਹੈ ਮਹਾਰਾਜ ਨੇ ਕਹਿਣਾ ਸੰਗਤੇ ਉਹ ਕਰਤਾਰ ਦੇ ਗੁਣ ਗਾਓ ਪਰਮੇਸ਼ਵਰ ਦੇ ਰੰਗਾਂ ਵਿੱਚ ਰੰਗੇ ਜਾਓ ਚੜ੍ਹ ਕੇ ਆਉਣਗੇ ਪਰ ਆਪੇ ਹੀ ਮੂੰਹ ਦੀ ਖਾ ਕੇ ਮੁੜ ਜਾਣਗੇ ਮਹਾਰਾਜ ਨੇ ਜੰਗਾਂ ਨਹੀਂ ਸੀ ਕੀਤੀਆਂ ਚੜ੍ਹ ਕੇ ਆਉਂਦੇ ਰਹੇ ਪਰ ਗੁਰਮੁਖੋ ਪਹੁੰਚਣ ਤੋਂ ਪਹਿਲਾਂ ਹੀ ਐਸਾ ਕੋਈ ਨਾ ਕੋਈ ਕੌਤਕ ਵਰਤ ਜਾਂਦਾ ਕਿ ਰਸਤੇ ਚੋਂ ਮੁੜਨਾ ਪੈਂਦਾ ਤੇ ਅੱਜ ਤੱਕ ਗੁਰੂ ਮਹਾਰਾਜ ਇਸ ਰਾਏਪੁਰ ਨਗਰ ਨੂੰ ਬਚਨ ਕਰ ਗਏ ਬਹੁਤਾ ਚੜ੍ਹੇਗਾ ਜਿਹੜਾ ਬਹੁਤੇ ਦਿਨ ਨਹੀਂ ਟਿਕਦਾ ਆਖੋ ਸਤਨਾਮ ਵਾਹਿਗੁਰੂ ਬਹੁਤੇ ਦਿਨ ਨਹੀਂ ਟਿਕੇ ਜਿੰਨਾ ਨਿਮਰਤਾ ਵਿੱਚ ਰਹੋਗੇ ਜਿੰਨੇ ਨੀਵੇਂ ਹੋ ਕੇ ਚੱਲੋਗੇ ਤੇ ਗੁਰਮੁਖੋ ਉਨੇ ਹੀ ਗੁਰੂ ਮਹਾਰਾਜ ਜੀ ਭਾਗ ਲਾਉਂਦੇ ਨੇ ਉਨਾ ਹੀ ਉੱਚੀਆਂ ਕਰਦੇ ਨੇ ਜੋ ਸਾਧ ਸੰਗਤ ਜੀ ਨੀਵੇਂ ਬਣ ਕੇ ਰਹਿੰਦੇ ਸੁਖਮਨੀ ਸਾਹਿਬ ਦੀ ਬਾਣੀ ਦੇ ਅੰਦਰ ਮਹਾਰਾਜ ਬਚਨ ਕਰਦੇ ਨੇ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਐ ਸਾਧ ਸੰਗਤ ਜੀ ਸਭ ਤੋਂ ਹੀ ਉੱਚਾ ਹੈ ਜਿਹੜਾ ਆਪਣੇ ਆਪ ਨੂੰ ਨੀਵਾਂ ਮੰਨਦਾ ਹੈ ਗੁਰੂ ਮਹਾਰਾਜ ਮਿਹਰ ਕਰਨ ਸਮੂਹ ਸੰਗਤ ਦੂਰ ਦੁਰਾਡਿਆਂ ਤੋਂ ਚੱਲ ਕੇ ਗੁਰੂ ਮਹਾਰਾਜ ਜੀ ਦੇ ਇਸ ਸਲਾਨਾ ਗੁਰਮਤ ਸਮਾਗਮ ਵਿੱਚ ਗੁਰਮੁਖੋ ਹਾਜ਼ਰੀਆਂ ਭਰਨ ਵਾਸਤੇ ਆਇਓ ਸਭ ਦਾ ਧੰਨਵਾਦ ਮਹਾਰਾਜ ਦੇ ਵਜ਼ੀਰ ਗ੍ਰੰਥੀ ਸਿੰਘਾਂ ਦਾ ਧੰਨਵਾਦ ਬਾਬਾ ਸੰਤੋਖ ਦਾਸ ਜੀ ਮਹਾਂਪੁਰਖਾਂ ਦਾ ਧੰਨਵਾਦ ਮਹਾਂਪੁਰਖ ਬਾਬਾ ਕਰਮ ਸਿੰਘ ਜੀ ਚਾਹ ਵਾਲੇ ਮਹਾਂਪੁਰਸ਼ ਉਹਨਾਂ ਦਾ ਧੰਨਵਾਦ ਜੋ ਕਿ ਇਸੇ ਨਗਰ ਦੇ ਜੰਮਪਲ ਨੇ ਗੁਰਮੁਖ ਜੋ ਸੇਵਾ ਨਿਭਾ ਰਹੇ ਨੇ ਨਿਰਵਾਣਾ ਦੀ ਗੱਦੀ ਤੇ ਗੁਰਮੁਖੋ ਉੱਥੇ ਦੇ ਮੁੱਖ ਸੇਵਾਦਾਰ ਬਹੁਤ ਕਿਰਪਾ ਇਸ ਨਗਰ ਤੇ ਗੁਰਮੁਖੋ ਲਾਹਾ ਲਓ ਤੇ ਸਹੀ ਨੀਵੇਂ ਹੋਵੋ ਤੇ ਸਹੀ ਗੁਰੂ ਮਹਾਰਾਜ ਝੋਲੀਆਂ ਭਰਦੇ ਨੇ ਭਰਾਉਣ ਦੀ ਜਾਚ ਸਿੱਖ ਲਈਏ ਸਤ ਸੰਗਤ ਜੀ ਇੱਥੇ ਹੀ ਸਭ ਕੁਝ ਮਿਲ ਜਾਂਦਾ ਹੈ ਗੁਰੂ ਮਹਾਰਾਜ ਮਿਹਰ ਕਰਨ ਕਿਰਪਾ ਦ੍ਰਿਸ਼ਟੀ ਸਭ ਸੰਗਤਾਂ ਤੇ ਕਰਨ ਸਭ ਦਾ ਧੰਨਵਾਦ ਮਹਾਂਪੁਰਖ ਬਾਬਾ ਸੁਰਜੀਤ ਸਿੰਘ ਜੀ ਭਗੌਰੇ ਵਾਲੇ ਮਹਾਂਪੁਰਖਾਂ ਦਾ ਧੰਨਵਾਦ ਗਿਆਨੀ ਤਰਸੇਮ ਸਿੰਘ ਜੀ ਮੋਰਾਂ ਵਾਲੀ ਉਹਨਾਂ ਦਾ ਵੀ ਧੰਨਵਾਦ ਹੋਰ ਜਿੰਨੇ ਪਤਵੰਤੇ ਸੱਜਣ ਦੂਰ ਦਰੇਡੇ ਤੋਂ ਚੱਲ ਕੇ ਆਏ ਸ਼ਿਮਾਰੂ ਕੰਪਨੀ ਦੇ ਸ਼ਾਈਨ ਸਟਾਰ ਕੰਪਨੀ ਦੇ ਗੁਰਮੁਖੋ ਜੋ ਸਟਾਫ ਆਇਆ ਉਹ ਇਸ ਇਤਿਹਾਸ ਦੀ ਜੋ ਨਗਰ ਦਾ ਇਤਿਹਾਸ ਹੈ ਰਿਕਾਰਡਿੰਗ ਕੀਤੀ ਹੈ ਲਿਖਤੀ ਨਹੀਂ ਮਿਲਦਾ ਇਸੇ ਲਈ ਬੇਨਤੀ ਵਾਰ ਵਾਰ ਕਰ ਰਹੇ ਹਾਂ ਕਿ ਜੋ ਨਿਸ਼ਾਨੀਆਂ ਨੇ ਗੁਰੂ ਮਹਾਰਾਜ ਜੀ ਦੀਆਂ ਉਹ ਗੁਰਮੁਖੋ ਉਹਨਾਂ ਦੇ ਸਤਿ ਸੰਗਤ ਜੀ ਇਤਿਹਾਸ ਦੀਆਂ ਨਿਸ਼ਾਨੀਆਂ ਨੂੰ ਵੇਖਦੇ ਹੋਏ ਇਹ ਗੁਰੂ ਮਹਾਰਾਜ ਜੀ ਦਾ ਇਤਿਹਾਸ ਬਿਕਰਮੀ 1710 ਨੂੰ ਗੁਰੂ ਮਹਾਰਾਜ ਨੇ ਇਸ ਨਗਰ ਵਿੱਚ ਚਰਨ ਪਾਏ ਭਾਗ ਲਾਏ ਆਓ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰਿਓ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਕਿਰਪਾ ਮਿਹਰ ਔਰ ਆਪ ਜੀ ਦੀ ਦ੍ਰਿਸ਼ਟੀ ਸੰਗਤਾਂ ਦੇ ਉੱਤੇ ਰਵੇ ਖਾਲੀ ਝੋਲੀਆਂ ਸੰਗਤਾਂ ਦੀਆਂ ਭਰਦੀਆਂ ਰਹਿਣ ਜੋ ਵੀ ਮੰਨਦੀਆਂ ਮੁਰਾਦਾਂ ਜੋ ਵੀ ਗੁਰਮੁਖੋ ਮੰਨਦੀਆਂ ਭਾਵਨਾਵਾਂ ਤੁਹਾਡੇ ਦਰ ਤੋਂ ਗੁਰਮਤ ਅਨੁਸਾਰ ਪੂਰਨ ਹੁੰਦੀਆਂ ਰਹਿਣ ਸਰਬ ਸੰਗਤ ਦਾ ਧੰਨਵਾਦ ਗੁਰੂ ਅੱਗੇ ਬੇਨਤੀ ਕਰਿਓ ਤੈ ਸੋਹੀ ਮੈਂ ਦੀ ਤੈ ਸੋਹੀ ਮੈਂ
मैं नीच तैं सोई मैं नीच तैं सोई मैं नीच तैं सोई मैं नीच जैसा सतगुर सुनी जैसा सतगुर सतगुर सुनीदा जैसा सतगुर सुनीदा जैसा सतगुर सुनीदा जैसा सतगुर सुनीदा ऐसो ही मैं नीच सोई मैं नीच तैं सोई मैं नीच तैं सोई मैं नीच बिछड़िया मेले प्रभु बिछड़िया ਮਹਾਰਾਜ ਜਿੱਦਾਂ ਦੇ ਬਚਨ ਕਰਕੇ ਗਏ ਅੱਜ ਵੀ ਅਟਲ ਨੇ ਅਮਰ ਨੇ।
ਤੇ ਗੁਰਮੁਖੋਂ ਸਰੀਰ ਕਰਕੇ ਨਹੀਂ ਤੇ ਉਦਾਂ ਤੇ ਇੱਥੇ ਹੀ ਨਿਵਾਸ ਕਰਦੇ ਨੇ। ਗੁਰੂ ਮਹਾਰਾਜ ਹਮੇਸ਼ਾ ਹੀ ਰਹਿਮਤ ਰੱਖਣ, ਕਿਰਪਾ ਰੱਖਣ, ਇਸੇ ਤਰ੍ਹਾਂ ਸੰਗਤਾਂ ਨੂੰ ਨਿਵਾਜਦੇ ਰਹਿਣ। ਬੋਲਦਿਆਂ ਵਿਚਾਰਾਂ ਕਰਦਿਆਂ ਬੇਅੰਤ ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਕੀ ਸੰਗਤ ਔਰ ਗੁਰੂ ਮਹਾਰਾਜ ਜੀ ਬਖਸ਼ਣ ਯੋਗ ਹਨ, ਬਖਸ਼ ਲੈਣ। ਆਓ ਸਰਬ ਸੰਗਤ ਅਗਲਾ ਜੋ ਪ੍ਰੋਗਰਾਮ ਹੈ ਉਹ ਸਰਵਣ ਕਰੋ ਪਿਆਰ ਨਾਲ। ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।